ਅਸਲਾਮ ਵਾਲੇਕਮ, ਮੈਂ ਤੁਹਾਡਾ ਮੇਜ਼ਬਾਨ ਰਾਣਾ ਇਮਰਾਨ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਵੰਡ ਯੂਟਿਊਬ ਚੈਨਲ। ਦੋਸਤੋ, ਅੱਜ ਤੁਹਾਨੂੰ ਮੈਂ ਢੱਗਿਆਂ ਨਾਲ ਵਾਹੀ ਹੁੰਦੀ ਦਿਖਾ ਰਿਹਾ, ਜਿਹੜਾ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ। ਮੈਂ ਕਿਹਾ ਜ਼ਰਾ ਉਹਨਾਂ ਨੂੰ ਦਿਖਾ ਦਈਏ। ਦੇਖੋ ਇੰਝ ਬਣਦੇ ਨੇ ਟਰੈਕਟਰਾਂ ਤੋਂ ਬਗੈਰ ਵਾਹੀ, ਜਿਹੜੀ ਪਹਿਲੇ ਹੁੰਦੀ ਸੀ ਜਦੋਂ ਟਰੈਕਟਰ ਨਹੀਂ ਸੀ ਹੁੰਦੇ ਉਦੋਂ ਇੱਦਾਂ ਵਹਾਈ ਹੁੰਦੀ ਸੀ ਫਸਲਾਂ ਦੀ। ਇਹ ਦੇਖੋ ਸੁਬਹਾ ਦੇ ਪਤਾ ਨਹੀਂ ਕਦੋਂ ਦਾ ਆਇਆ ਹੈ, ਇਹ ਸਾਰੇ ਸਿਆੜਾਂ ਨੇ ਕੱਢਿਆ ਜੀ। ਇਹ ਸਾਰੀ ਵਾਹੁਣੀ ਹੈ, ਤਕਰੀਬਨ ਇਹਨੂੰ 11-12 ਹੋ ਜਾਣੇ ਆ, 10 ਦੇ ਬਾਅਦ ਹੀ ਜਾਣਗੇ, ਇੰਨਾ ਟਾਈਮ ਹੋਇਆ। ਅੱਜ ਕੱਲ੍ਹ ਵਹਾਈ ਬਹੁਤ ਆਸਾਨ ਹੋਈ ਹੈ ਵੈਸੇ ਤਾਂ, ਲੇਕਿਨ ਇਹ ਪਹਿਲੇ ਦੌਰ ਦੀਆਂ ਗੱਲਾਂ ਜਦੋਂ ਲੋਕ ਟੱਗੇ ਨਾ ਬਣਦੇ ਸੀ। ਇਹ ਦੇਖੋ ਸੁਬਹਾ ਸੁਬਹਾ ਦਾ ਟਾਈਮ ਆ, ਬੜੀ ਠੰਡੀ ਹਵਾ ਚੱਲ ਰਹੀ, ਮੌਸਮ ਵੀ ਬੜਾ ਸਾਫ਼ ਸੁਥਰਾ। ਇਹ ਦੇਖੋ ਕੈਸੀ ਨਾਲ ਉਹਨਾਂ ਦੀ ਵਰਜਿਸ਼ ਵੀ ਹੋ ਰਹੀ ਹੈ ਅਤੇ ਫਿੱਟ ਜ਼ਿੰਦਗੀ ਗੁਜ਼ਾਰਦੇ ਨੇ। ਪਹਿਲੇ ਲੋਕ ਜਦੋਂ ਮਸ਼ੀਨਰੀ ਨਹੀਂ ਸੀ ਹੁੰਦੀ ਉਦੋਂ ਤਾਂ ਇਹ ਫਿੱਟ ਰਹਿੰਦੇ ਸੀ, ਅਤੇ ਹੁਣ ਬਿਮਾਰੀਆਂ ਵੀ ਇਸੇ ਵਜ੍ਹਾ ਤੋਂ ਜ਼ਿਆਦਾ ਹੋ ਗਈਆਂ ਕਿ ਲੋਕ ਸੋਲ ਹੋ ਗਏ, ਮਸ਼ੀਨਾਂ ਤੋਂ ਜ਼ਿਆਦਾ ਕੰਮ ਲੈਣ ਲੱਗ ਪਏ।